ਅੱਜ ਸਵੇਰੇ ਇੱਕ ਮੁਕਦਮਾ ਦਰਜ ਹੋਇਆ ਸੀਗਾ ਜਿਹਦੇ 'ਚ ਦੋ ਰਿਕਸ਼ਿਆਂ ਦਲ ਵੱਲੋਂ ਇੱਕ ਟਰੱਕ ਫੜਿਆ ਗਿਆ ਸੀ ਜਿਹਦੇ ਵਿੱਚ ਉਹਨਾਂ ਦੇ ਮੁਤਾਬਕ ਕਾਓ ਦਾ ਮੀਟ ਹੈ ਜਿਹਨੂੰ ਆਪਾਂ ਬੀਫ ਕਹਿ ਲੈਂਦੇ ਹਾਂ। ਇਹਦੇ ਸੰਬੰਧ ਦੇ ਵਿੱਚ ਕੁਛ ਲੋਕਾਂ ਵੱਲੋਂ ਧਰਨਾ ਲਾਇਆ ਗਿਆ ਸੀਗਾ GT ਰੋਡ 'ਤੇ ਅਤੇ ਪ੍ਰੋਟੈਸਟ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਦੇਖਿਆ ਗਿਆ ਵੀ ਪ੍ਰੋਟੈਸਟ ਤਾਂ ਦੋ ਘੰਟੇ ਬਾਅਦ ਪੀਸਫੁਲੀ ਖਤਮ ਹੋ ਗਿਆ। ਉੱਠ ਕੇ ਉਹਨਾਂ ਦੀ ਜਿਹੜੀ ਸਾਰੀ ਡਿਮਾਂਡ ਸੀਗੀ FIR ਲੌਂਚ ਕਰਨਾ ਅਤੇ ਦੋਸ਼ੀਆਂ ਨੂੰ ਫੜਨਾ ਜਿਹਦੇ 'ਤੇ ਅਸੀਂ ਕਰ ਰਹੇ ਹਾਂ ਅਤੇ ਅਸੀਂ ਦੋ ਬੰਦੇ ਦੀ ਅਰੈਸਟ ਵੀ ਕਰ ਲਈ, ਉਹ ਚੀਜ਼ ਤਾਂ ਹੋ ਗਈ ਸੀ। ਇਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀਗੀ ਇਸ ਧਰਨੇ ਦੀ ਹੀ ਜੋ ਦੇਖਣ 'ਚ ਆਈ ਸੀਗੀ, ਜਿਹਦੇ 'ਚ ਇੱਕ ਪੁਲਿਸ ਮੁਲਾਜ਼ਮ ਜੋ ਕਿ GRP ਥਾਣੇ ਸਰਹੰਦ ਵਿੱਚ ਸੀਗਾ ਪੋਸਟਡ, ਉਹ ਆਪਣੀ ਡਿਊਟੀ 'ਤੇ ਜਾ ਰਿਹਾ ਸੀਗਾ, ਉਹਦੇ ਸਾਈਡ ਲੇਨ ਤੋਂ ਜਾ ਰਿਹਾ ਸੀਗਾ ਅਤੇ ਇੱਕ ਇੱਥੇ ਮੰਡੀ ਗੋਬਿੰਦਗੜ੍ਹ ਦੇ ਹੀ ਵਸਨੀਕ ਸੀਗੇ ਭਰਤ ਜੀ, ਉਹਨਾਂ ਵੱਲੋਂ ਉਹ ਮੁਲਾਜ਼ਮ ਨਾਲ ਉਹਨੂੰ ਰੋਕਿਆ ਗਿਆ ਅਤੇ ਉਹਦੇ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਉਹਦੇ ਕੰਮ 'ਚ ਵਿਘਨ ਪਾਇਆ ਗਿਆ ਜਿਹੜਾ ਆਪਣੀ ਡਿਊਟੀ ਜਾ ਰਿਹਾ ਸੀਗਾ। ਜਿੱਥੇ ਮੌਕੇ 'ਤੇ ਮੈਂ ਉਹਨੂੰ ਰੋਕ ਕੇ ਉਹਨੂੰ ਮੁੰਡੇ ਨੂੰ ਉਹਨਾਂ ਤੋਂ ਚਾਬੀ ਦਵਾ ਕੇ ਉਹਨੂੰ ਡਿਊਟੀ 'ਤੇ ਭੇਜਤਾ ਸੀ। ਜਿਸ ਤੋਂ ਬਾਅਦ ਇਹ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਹ ਮੁੰਡੇ ਮੁਲਾਜ਼ਮ ਨੇ, ਪੁਲਿਸ ਮੁਲਾਜ਼ਮ ਨੇ ਸਾਡੇ ਕੋਲ ਆ ਕੇ ਸਟੇਟਮੈਂਟ ਲਿਖਾਈ ਅਤੇ ਅਸੀਂ ਇਹਦੇ ਖਿਲਾਫ਼ ਪਰਚਾ ਦਿੱਤਾ ਸੀ ਮੁੰਡੇ ਨੂੰ ਅਤੇ ਅਰੈਸਟ ਕਰ ਲਿਆ। ਇਸ ਧਾਰਾ ਦੇ ਵਿੱਚ ਇਹ ਸਰਕਾਰੀ ਕੰਮ 'ਚ ਵਿਘਨ ਪਾਉਣ ਦੀ ਧਾਰਾ ਹੈ BNS ਅਕੋਰਡਿੰਗ ਸੈਕਸ਼ਨ 132 221 351 ਬ੍ਰੈਕਿਟ 3 126 ਜਿਮਨ 2 121 ਜਿਮਨ 1 ਜੋ ਕਿ ਪੁਰਾਣੀ IPC ਦੇ ਮੁਤਾਬਕ 353 186 332 34 IPC ਅਤੇ 506 IPC ਬਣਦੀ ਹੈ। ਦੇਖੋ ਜਿਹੜਾ ਪ੍ਰੋਟੈਸਟ ਸੀਗਾ ਉਹ ਵੈਸੇ ਬੜਾ ਪੀਸਫੁਲ ਸੀਗਾ, ਬਟ ਇਹ ਕੁਛ ਸ਼ਰਾਰਤੀ ਤੱਕ ਉਹਨੂੰ ਇਹਨੂੰ ਖਰਾਬ ਕਰਨ ਲਈ ਇਹ ਚੀਜ਼ ਕੀਤੀ ਗਈ ਸੀਗੀ ਜੋ ਕਿ ਬਿਲਕੁਲ ਵੀ ਬਰਦਾਸ਼ਤ ਵਾਲੀ ਚੀਜ਼ ਨਹੀਂ ਹੈ ਅਤੇ ਇਹਦੇ ਖਿਲਾਫ਼ ਸਾਡੇ ਸੀਨੀਅਰ ਅਫਸਰ ਨੇ
ਤੋਂ ਸਖ਼ਤ ਹਦਾਇਤਾਂ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ, ਅਤੇ ਜਿਹੜੇ ਜਿਹੜੇ ਲੋਕ ਵੀਡੀਓ 'ਚ ਹੈਗੇ ਆ ਜਿਨ੍ਹਾਂ ਦਾ ਰੋਲ ਪਾਇਆ ਜਾਊਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਇਹਦੇ 'ਚ ਨੋਮੀਨੇਟ ਕਰਕੇ ਉਹਨਾਂ ਦੀ ਅਰੈਸਟ ਪਾਵਾਂਗੇ। ਉਹ ਪੁਲਿਸ ਮੁਲਾਜ਼ਮ ਨੇ ਦੱਸਿਆ ਵੀ ਮੈਂ ਇੱਕ ਜ਼ਰੂਰੀ ਕੰਮ ਲਈ ਜਾ ਰਿਹਾ ਵੀ ਮੈਨੂੰ ਰਸਤਾ ਦੇ ਦਿਉ, ਕਿਉਂਕਿ ਜੋ ਆਪਾਂ ਵੂਮਨ ਇੱਕ ਪ੍ਰੋਟੈਸਟ ਦੇ ਵਿੱਚ ਪੀਸਫੁਲ ਪ੍ਰੋਟੈਸਟ ਦੇ ਵਿੱਚ ਐਂਬੂਲੈਂਸ ਹੋਊਗਾ ਸਕੂਲ ਦੇ ਜਵਾਕਾਂ ਨੂੰ ਜਾਂ ਫਿਰ ਕੋਈ ਬਜ਼ੁਰਗ ਜਾ ਰਿਹਾ ਟ੍ਰੀਟਮੈਂਟ ਹੈ ਜਿਹਦਾ ਕੋਈ ਹਸਪਤਾਲ ਜਾਣਾ, ਉਹਨਾਂ ਨੂੰ ਆਪਾਂ ਰਸਤਾ ਦੇ ਹੀ ਦਿੰਦੇ ਹਾਂ, ਇਹਨੂੰ ਉਹ ਵੀ ਚਾਹੁੰਦਾ ਸੀ ਵੀ ਮੇਰੀ ਜਿਹੜੀ ਰਿਕੁਐਸਟ ਹੈ ਕੰਸਿਡਰ ਕੀਤੀ ਜਾਏ ਅਤੇ ਮੈਨੂੰ ਜਾਣ ਲਈ ਦਿੱਤਾ ਜਾਏ, ਬਟ ਉਹਨਾਂ ਵੱਲੋਂ ਇਸ ਜਿਹੜੇ ਇਹ ਅਕਿਊਜ਼ ਨੇ ਭਰਤੇ, ਇਹਨਾਂ ਨੇ ਉਹਦੀ ਗੱਲ ਨਾ ਸੁਣਦੇ ਉਹਦੀ ਵਰਦੀ ਨੂੰ ਹੱਥ ਪਾਇਆ ਅਤੇ ਉਹਨੂੰ ਰੋਕਿਆ। ਕੋਈ ਉਹਦੇ ਵਿੱਚ ਆਇਆ ਸੀ ਚਾਬੀ ਹੌਲੀ? ਹਾਂਜੀ, ਮੈਂ ਦੱਸਿਆ ਤੁਹਾਨੂੰ ਵੀ ਚਾਬੀ ਵੀ ਲੈ ਲਈ ਸੀ ਜਿਹਦੀ ਵੀਡੀਓ ਬਣਾਈ ਹੈ, ਜਿਹਦੀ ਵੀਡੀਓ ਚਾਹੇ ਤਾਂ ਚਾਬੀ ਇਹਨੂੰ ਵਾਪਸ ਕਰਾ ਕੇ ਮੁੰਡੇ ਨੂੰ ਭੇਜਿਆ ਗਿਆ ਸੀ ਪੁਲਿਸ ਮੁਲਾਜ਼ਮ ਨੂੰ, ਅਤੇ ਬਾਅਦ 'ਚ ਉਹਨੂੰ ਥਾਣੇ ਬੁਲਾ ਕੇ ਉਹਦੀ ਸਟੇਟਮੈਂਟ ਰਿਕਾਰਡ ਕਰਕੇ ਜੋ ਬਣਦੀ ਕਾਰਵਾਈ ਹੈ ਕੀਤੀ ਜਾਏਗੀ। ਅਰੈਸਟ ਪੈ ਗਈ ਕੋਈ ਬੰਦੇ ਦੀ? ਹਾਂਜੀ ਜੀ।